ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ਼ ਕਰ ਗਏ ਨੇ ਉਹ ਰਫਤਾਰ ਤਰੱਕੀ ਵਾਲੀ ਤੇਜ਼ ਕਰ ਗਏ ਨੇ ਜਿਹੜੇ ਜਿਹੜੇ ਇਸ ਗੱਲ ਨੂੰ ਮੰਨਦੇ ਆ ਵੀ ਅੰਗਰੇਜ਼ਾਂ ਨੇ ਸਾਡਾ ਡਿਵੈਲਪਮੈਂਟ ਬਹੁਤ ਹੋਈ ਹੈ ਬੇਸ਼ੱਕ ਉਹਨਾਂ ਨੇ ਲੁੱਟਿਆ ਵੀ ਹੈ ਉਹ ਇੱਕ ਵਾਰੀ ਜ਼ਰੂਰ ਤਾੜੀ ਮਾਰੋ ਜਿਹੜੀ ਜਿਹੜੀ ਡਿਵੈਲਪਮੈਂਟ ਉਹਨਾਂ ਨੇ ਕੀਤੀ ਹੈ ਮੈਂ ਗਣਾਉਣ ਜਾ ਰਿਹਾ ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ਼ ਕਰ ਗਏ ਨੇ ਉਹ ਰਫਤਾਰ ਤਰੱਕੀ ਵਾਲੀ ਤੇਜ਼ ਕਰ ਗਏ ਨੇ ਸੁਣ ਕੇ ਜੀ ਉਹਨਾਂ ਦੇ ਦਿਮਾਗਾਂ ਵਿੱਚ ਹਕੂਮਤ ਦਾ ਗੁਰ ਸੀ ਗੁਰ ਤਕਨੀਕ ਉਹਨਾਂ ਦੇ ਦਿਮਾਗਾਂ ਵਿੱਚ ਹਕੂਮਤ ਦਾ ਗੁਰ ਸੀ ਮੂੜੇ ਉੱਤੇ ਬੈਠਣ ਵਾਲੇ ਨੂੰ ਦਿੱਤੀ ਕੁਰਸੀ ਉਹਨਾਂ ਦੇ ਦਿਮਾਗਾਂ ਵਿੱਚ ਹਕੂਮਤ ਦਾ ਗੁਰ ਸੀ ਮੂੜੇ ਉੱਤੇ ਬੈਠਣ ਵਾਲੇ ਨੂੰ ਦਿੱਤੀ ਕੁਰਸੀ ਦੇਖ ਮੁਨੀਮੀ ਫੱਟਿਆਂ ਨੂੰ ਵੀ ਮੇਜ਼ ਕਰ ਗਏ ਨੇ ਗੱਲ ਮੰਨਣੀ ਪੈਣੀ ਜੋ ਅੰਗਰੇਜ਼ ਕਰ ਗਏ ਨੇ ਉਹ ਰਫਤਾਰ ਤਰੱਕੀ ਵਾਲੀ ਤੇਜ਼ ਕਰ ਗਏ ਨੇ ਇੱਕ ਵਾਰੀ ਮੈਂ ਯੂਨੀਵਰਸਿਟੀ ਦੀ ਗੱਲ ਹੈ ਇਹ ਮੁੰਡਾ ਮੇਰਾ ਦੋਸਤ ਆ ਲਾਰਡ ਪਾਰਟ ਪੀ ਐਚ ਡੀ ਕਰ ਰਿਹਾ ਉਹ ਮੇਰੇ ਨਾਲ ਬਹਿਸ ਪਿਆ ਯਾਰ ਕਹਿੰਦਾ ਅੰਗਰੇਜ਼ਾਂ ਨੇ ਸਾਨੂੰ ਲੁੱਟਿਆ ਗੁੱਟਿਆ ਐਡੀਆਂ ਸਾਡੀਆਂ ਜਾਨਾਂ ਗਈਆਂ ਸ਼ਹਾਦਤਾਂ ਦਿੱਤੀਆਂ ਕੋਈ ਵਾਰੀ ਤਾਰੀਫ ਕਰੀ ਜਾਂਦਾ ਮੈਂ ਕਿਹਾ ਜਿਹਨਾਂ ਲੋਕਾਂ ਤੋਂ ਜਿਹਨਾਂ ਜਿਸ ਬੰਦੇ ਤੋਂ ਅੰਗਰੇਜ਼ਾਂ ਨੇ ਰਾਜ ਲਿਆ ਨਾ ਮਹਾਰਾਜਾ ਰਣਜੀਤ ਸਿੰਘ ਤੋਂ ਉਹਦੀ ਅੱਜ ਵੀ ਤਾਰੀਫ ਕਰਦੇ ਨੇ ਕਿਸੇ ਵੀ ਅੰਗਰੇਜ਼ ਨੂੰ ਪੁੱਛ ਲਓ ਫਿਰ ਮੈਂ ਕਿਸੇ ਅੰਗਰੇਜ਼ ਦੀ ਜ਼ਬਾਨ 'ਚ ਇੰਗਲਿਸ਼ 4 ਲਾਈਨਾਂ ਲਿਖੀਆਂ ਨੇ ਕਿ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕਹਿੰਦੇ ਨੇ We remember Lion Ranjit Singh. We remember Lion Ranjit Singh, the man of the fireworks, the king of the kings. We remember Lion Ranjit Singh, the man of the fireworks, the king of the kings. We salute his army, salute his wings. We salute his army, salute his wings. The ultimate warrior, the Lord of the Rings. We remember Lion Ranjit Singh, the man of the fireworks, the king of the kings, the ultimate warrior, the Lord of the Rings. We salute his army, salute his wings. Ik gal mannni paini jo angrez kar gaye ne aur aar tarakki wali tez kar gaye ne gal mannni paini jo angrez kar gaye ne aur aar tarakki wali tez kar gaye ne gal mannni paini jo angrez kar gaye ne ਜਿੱਥੇ ਮੰਜ਼ਰ ਸੀ ਹਰੀਆਂ ਭਰੀਆਂ ਫਸਲਾਂ ਤਾਂ ਖਾਬਾਂ ਦੇ ਮੰਜ਼ਰ ਸੀ ਸੌ ਸੌ ਕੋ ਤੱਕ ਯਾਰ ਜ਼ਮੀਨਾਂ ਜਿੱਥੇ ਮੰਜ਼ਰ ਸੀ ਹਰੀਆਂ ਭਰੀਆਂ ਫਸਲਾਂ ਤਾਂ ਖਾਬਾਂ ਦਾ ਮੰਜ਼ਰ ਸੀ ਨਹਿਰਾਂ ਪੁੱਟ ਕੇ ਧਰਤੀ ਨੂੰ ਜ਼ਰਖੇਜ਼ ਕਰ ਗਏ ਨੇ ਉਹ ਰਫਤਾਰ ਤਰੱਕੀ ਵਾਲੀ ਤੇਜ਼ ਕਰ ਗਏ ਨੇ ਗੱਲ ਮੰਨਣੀ ਪੈਣੀ ਜੋ ਅੰਗਰੇਜ਼ ਕਰ ਗਏ ਨੇ ਉਹ ਰਫਤਾਰ ਤਰੱਕੀ ਵਾਲੀ ਤੇਜ਼ ਕਰ ਗਏ ਨੇ ਗੱਲ ਮੰਨਣੀ ਪੈਣੀ ਜੋ ਅੰਗਰੇਜ਼ ਕਰ ਗਏ ਨੇ ਇੱਕ ਵਾਰੀ ਤਾਂ ਸਭ ਨੇ ਮੂੰਹ ਵਿੱਚ ਉਂਗਲ ਪਾਈ ਸੀ ਉਸ ਵੇਲੇ ਨਾ ਪੁੱਛੋ ਜੀ ਜਦ ਬਿਜਲੀ ਆਈ ਸੀ
ਤਬਦੀਲੀ ਵੀ ਉਹਨਾਂ ਵੇਲੇ ਆਈ। ਇੱਕ ਵਾਰ ਇੱਕ ਵਾਰੀ ਤਾਂ ਸਭ ਨੇ ਮੂੰਹ ਵਿੱਚ ਉਂਗਲ ਪਾਈ ਸੀ, ਉਸ ਵੇਲੇ ਨਾ ਪੁੱਛੋ ਜੀ ਜਦ ਬਿਜਲੀ ਆਈ ਸੀ। ਰੋਸ਼ਨੀਆਂ ਸੰਗ ਸ਼ਹਿਰਾਂ ਨੂੰ ਲਬਰੇਜ਼ ਕਰ ਗਏ ਨੇ, ਉਹ ਰਫਤਾਰ ਤਰੱਕੀ ਵਾਲੀ ਹੋਈ ਹੈਰਾਨੀ ਕਿੱਦਾਂ ਡਾਕ ਚਲਾਈ ਹੋਵੇਗੀ, ਸੋਚੋ ਜਦ ਇੱਕ ਪਹਿਲੀ ਚਿੱਠੀ ਆਈ ਹੋਵੇਗੀ। ਕਿਸੇ ਦੇ ਘਰ ਕੋਈ ਕਾਗਜ਼ ਆ ਜਾਣਾ ਕਿਸੇ ਦਾ ਲਿਖਿਆ, ਕਿੱਡੀ ਵੱਡੀ ਗੱਲ ਸੀ ਸੋਚਣ ਵਾਲੀ ਗੱਲ। ਹੋਈ ਹੈਰਾਨੀ ਕਿੱਦਾਂ ਡਾਕ ਚਲਾਈ ਹੋਵੇਗੀ, ਸੋਚੋ ਜਦ ਇੱਕ ਪਹਿਲੀ ਚਿੱਠੀ ਹੋਵੇਗੀ। ਪਰ ਹੁਣ ਲੋਕੀ ਚਿੱਠੀਆਂ ਤੋਂ ਪਰਹੇਜ਼ ਕਰ ਗਏ ਨੇ, ਉਹ ਰਫਤਾਰ ਪਟੜੀ ਸਰਤਾਜ ਪਹਾੜੀ ਚੜ੍ਹਦੀ ਜਾਂਦੀ ਹੈ। ਅੱਜ ਵੀ ਹੈਰੀਟੇਜ ਬਣ ਗਿਆ ਇੰਡੀਅਨ ਇੰਜੀਨੀਅਰ, ਅੱਜ ਵੀ ਮੈਨੂੰ ਕਾਲਕਾ ਤੋਂ ਸ਼ਿਮਲੇ ਰੇਲ ਚੜਾ ਕੇ ਦਿਖਾ ਦੇਣ ਬਣ ਜਾਂਗੇ। ਰੇਲਾਂ ਵਾਲਾ ਜਾਲ ਦੇਖ ਅੱਖ ਖੜਦੀ ਜਾਂਦੀ ਹੈ, ਕਿੰਜ ਪਟੜੀ ਸਰਤਾਜ ਪਹਾੜੀ ਚੜ੍ਹਦੀ ਜਾਂਦੀ ਹੈ। ਉਸ ਵਕਤ ਵਿੱਚ ਕੰਮ ਹੈਰਤ ਅੰਗੇਜ਼ ਕਰੀ ਵਾਲੀ